ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਰੀਜ਼ਾਂ ਨੂੰ ਮਿਲਦਾ ਤੇ ਵੱਡੀ ਤੋਂ ਵੱਡੀ ਬਿਮਾਰੀਆਂ ਦੇ ਮਰੀਜ਼ ਨੇ ਜਿਹੜੇ ਅੱਜ ਸਾਨੂੰ ਮਿਲ ਕੇ ਆਪਣਾ ਇਲਾਜ ਕਰਵਾ ਕੇ ਬਿਲਕੁਲ ਤੰਦਰੁਸਤ ਹੋ ਕੇ ਖੁਸ਼ ਨੇ ਤਾਂ ਤੁਸੀਂ ਵੀ ਜੇ ਕਿਸੇ ਵੀ ਵੱਡੀ ਤੋਂ ਵੱਡੀ ਬਿਮਾਰੀ ਦੇ ਨਾਲ ਜੂਝ ਰਹੇ ਹੋ ਕਈ-ਕਈ ਸਾਲਾਂ ਤੋਂ ਡਾਕਟਰਾਂ ਦੇ ਚੱਕਰ ਕੱਟਦਿਆਂ ਨੂੰ ਹੋ ਗਏ ਐ ਤੇ ਹਲੇ ਤੱਕ ਠੀਕ ਨਹੀਂ ਹੋਏ ਤਾਂ ਮੈਂ ਗਰੰਟੀ ਲਿਖ ਕੇ ਦੇਣਾ ਤੁਹਾਡਾ ਹਰ ਰੋਗ ਬਿਲਕੁਲ ਗਰੰਟੀ ਦੇ ਨਾਲ ਬਿਲਕੁਲ ਥੋੜੇ ਸਮੇਂ ਵਿੱਚ ਦੇਸੀ ਦਵਾਈਆਂ ਦੇ ਨਾਲ ਅਸੀਂ ਠੀਕ ਕਰ ਦਿੰਨੇ ਆ। ਸੋ ਵੱਡੀ ਤੋਂ ਵੱਡੀ ਬਿਮਾਰੀ ਦੇ ਮਰੀਜ਼ ਸਾਨੂੰ ਮਿਲ ਕੇ ਆਪਣੇ ਇਲਾਜ ਕਰਵਾ ਸਕਦੇ ਹੋ ਨਬਜ਼ ਵੇਖ ਕੇ ਜੜ ਦਾ ਪਤਾ ਲੱਗ ਜਾਂਦਾ ਹੈ ਉਸ ਤੋਂ ਤੁਹਾਡਾ ਇਲਾਜ ਸ਼ੁਰੂ ਹੋ ਜਾਂਦਾ ਹੈ ਥੋੜੇ ਸਮੇਂ ਵਿੱਚ ਤੁਸੀਂ ਆਪਣੀ ਬਿਮਾਰੀ ਤੋਂ ਬਹੁਤ ਛੇਤੀ ਖਿਹੜਾ ਛੜਾ ਸਕਦੇ ਹੋ। ਤਾਂ ਮੈਨੂੰ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲ ਸਕਦੇ ਹਾਂ ਸੋ ਦੂਸਰੇ ਨੰਬਰ ਤੇ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਹੈ ਜਿਹੜਾ ਉਹ ਹਿੱਸੇਦਾਰ ਨਹੀਂ ਬਣੇ ਤਾਂ ਉਹ ਜ਼ਰੂਰ ਤੁਹਾਨੂੰ ਲਾਲ ਬਟਨ ਦਿਸ ਰਿਹਾ ਇਹਨੂੰ ਦਬਾ ਕੇ ਨਾਲ ਘੰਟੀ ਵਾਲਾ ਬਟਨ ਦਬਾ ਦਿਓ ਸਾਡੀ ਟੀਮ ਦੇ ਹਿੱਸੇਦਾਰ ਬਣ ਜਾਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਜਿਹੜਾ ਮੈਂ ਨੁਕਸਾ ਤੁਹਾਡੀ ਝੋਲੀ ਦੇ ਵਿੱਚ ਪਾਉਣ ਵਾਸਤੇ ਆਇਆ ਉਹ ਹੈ ਕਈ ਜ਼ਿਆਦਾਤਰ ਕਮੈਂਟ ਕਰਕੇ ਫੋਨ ਕਰਕੇ ਬਸ ਇੱਕ ਹੀ ਚੀਜ਼ ਪੁੱਛੀ ਜਾਂਦੀ ਹੈ ਕਿਉਂਕਿ ਸਾਡਾ ਸਮਾਜ ਹੀ ਇਦਾਂ ਦਾ ਹੋ ਗਿਆ ਖਾਣਾ ਪੀਣਾ ਇਦਾਂ ਦਾ ਹੋ ਗਿਆ ਦੇਖ ਦਿਖਾਈ ਇਦਾਂ ਦੀ ਹੋ ਗਈ ਫੋਨਾਂ ਤੇ ਵੀ ਵੀ ਅੱਜ ਮਰਦ ਹੈ ਜਿਹੜਾ ਉਹ ਮਰਦ ਨਹੀਂ ਰਿਹਾ ਤਾਂ ਉਹਦੇ ਵਾਸਤੇ ਨਾ ਮਰਦੀ ਹੈ ਜਿਹੜੀ ਉਹ ਸਮਾਜ ਨੂੰ ਕੁੰਡੇ ਵਾਂਗੂ ਖਾਂਦੀ ਜਾਂਦੀ ਹੈ ਮਰਦਾਂ ਨੂੰ ਤਾਤ ਹੋ ਗਈ ਸੁਪਨ ਦੋਸ਼ ਹੋ ਗਏ ਇਲਾਜ ਪ੍ਰੋਪਰ ਨਹੀਂ ਹੁੰਦਾ ਤੇ ਬਿਲਕੁਲ ਖਤਮ ਡੈੱਡ ਹੁੰਦੇ ਜਾਂਦੇ ਨੇ ਮਰਦਾਂ ਵਾਸਤੇ ਬਹੁਤ ਵਧੀਆ ਨੁਕਸਾ ਮਹਾਰਾਜਿਆਂ ਵਾਲਾ ਜਿਹੜੇ ਵੱਡੇ ਵੱਡੇ ਮੰਤਰੀ ਐਮ ਐਲ ਏ ਮੁੱਖ ਮੰਤਰੀ ਪ੍ਰਧਾਨ ਮੰਤਰੀਆਂ ਤੱਕ ਵੱਡੇ ਅਹੁਦਿਆਂ ਦੇ ਨੇ ਜਿਹੜੇ ਉਹ ਨੁਕਸਾ ਜਿਹੜੇ ਵਰਤਦੇ ਆ ਉਹ ਨੁਕਸਾ ਤੁਹਾਡੀ ਮੈਂ ਚੋਲੀ ਦੇ ਵਿੱਚ ਪਾਉਣ ਵਾਸਤੇ ਆਇਆ ਮਹਾਪੁਰਸ਼ਾਂ ਦਾ ਜਿਹੜੇ ਵੱਡੇ ਵੱਡੇ ਮਹਾਰਾਜੇ ਵੱਡੇ ਵੱਡੇ ਕੈਲੋ ਵੀ ਮੰਤਰੀ ਉਹ ਨੁਕਸਾ ਵਰਤਦੇ ਆ ਉਹਨਾਂ ਦਾ ਜਿਹੜਾ ਕਹਿ ਲੋ ਵੀ ਬਿਲਕੁਲ 0 ਬੰਦੇ ਨੂੰ ਕੋੜੇ ਜਿੰਨੀ ਤਾਕਤ ਦੇਣ ਵਾਲਾ ਇਹ ਨੁਕਸਾ ਹੈ ਬਿਲਕੁਲ ਡੈਡ ਨੂੰ ਬਿਲਕੁਲ 0 ਨੂੰ 100 ਤੱਕ ਲਿਜਾਣ ਵਾਲਾ ਇਹ ਨੁਕਸਾ ਮੈਂ ਅੱਜ ਤੁਹਾਡੀ ਝੋਲੀ ਚ ਪਾਉਣ ਲੱਗਿਆ ਪਰ ਕੋਸ਼ਿਸ਼ ਕਰਿਓ ਵੀ ਜਿੰਨੀਆਂ ਚੀਜ਼ਾਂ ਮੈਂ ਬੋਲਾਂਗਾ ਉਹ ਤੁਹਾਨੂੰ ਉਹਨਾਂ ਦੀ ਪਹਿਚਾਣ ਹੋਵੇ ਔਰ origignal ਚੀਜ਼ਾਂ ਮਿਲਣ ਸਾਫ਼ ਸੁਥਰੀਆਂ ਮਿਲ ਇਹ ਗਾਰੰਟੀ ਤੁਹਾਡੀ ਹੋਣੀ ਚਾਹੀਦੀ ਹੈ ਹਾਂ ਨੁਕਸਾ 0 ਤੋਂ ਜਿਹੜਾ ਬਿਲਕੁਲ ਡੈੱਡ ਹੋ ਗਿਆ ਉਹ ਇਹ ਨੁਕਸਾ ਵਰਤ ਕੇ ਮੇਰੇ ਤੋਂ ਗਰੰਟੀ ਸ਼ਟਾਮ ਪੇਪਰ ਤੇ ਲਿਖਾ ਕੇ ਲੈ ਲੇ ਬਿਲਕੁਲ ਠੀਕ ਹੋਏਗਾ ਇਹ ਆ ਮਰਦਾਂ ਵਾਸਤੇ ਸ਼ੈਨ ਸ਼ਾਹੀ ਰਾਜਿਆਂ ਮਹਾਰਾਜਿਆਂ ਵਾਲਾ ਨੁਕਸਾ ਅੱਜ ਮੈਂ ਤੁਹਾਡੀ ਝੋਲੀ ਚ ਪਾਉਣ ਲੱਗਿਆ ਤਾਂ ਨੋਟ ਕਰ ਲਿਓ ਆ ਕਾਫੀ ਚੀਜ਼ਾਂ ਨੇ ਇਸ ਕਰਕੇ ਮੈਂ ਵੀ ਲਿਖਿਆ ਹੋਇਆ ਇਹ ਤੁਹਾਨੂੰ ਮਹਾਪੁਰਸ਼ਾਂ ਦਾ ਨੁਕਸਾ ਬੋਲ ਕੇ ਦੱਸਾਂਗਾ ਉਦੋਂ ਹੀ ਕਿਉਂਕਿ ਇੰਨੀਆਂ ਚੀਜ਼ਾਂ ਮੈਂ ਵੀ ਤੁਹਾਨੂੰ ਸਿੱਧੀ ਜਾਂ ਡਾਇਰੈਕਟ ਨਹੀਂ ਦੱਸ ਸਕਦਾ ਯਾਦ ਕਰਕੇ ਇਸ ਕਰਕੇ ਮੈਂ ਵੀ ਬੋਲ ਕੇ ਤੁਹਾਨੂੰ ਲਿਖਿਆ ਹੋਇਆ ਦੱਸੂਗਾ ਨਾਲ ਹੀ ਮੈਂ ਤੁਹਾਨੂੰ ਦੱਸੀ ਜਾਊਂਗਾ ਵੀ ਕਿੰਨੀ-ਕਿੰਨੀ ਲੈਣੀ ਆ ਸੋ ਨੋਟ ਕਰ ਲਓ ਜੀ ਜਿਆਦਾ ਸਮਾਂ ਵੀ ਨਾ ਹੋਵੇ ਸੋ ਛਟਾਮ ਪੇਪਰ ਤੇ ਮੈਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਇਹ ਨੁਕਸਾ ਵਰਤ ਕੇ ਨਾ ਮਰਦ ਇੱਕ ਹਫ਼ਤੇ ਚ ਮਰਦ ਬਣ ਜਾਏਗਾ ਜਿਹੜਾ ਬਿਲਕੁਲ ਡੈੱਡ ਹੈ ਉਹ ਇੱਕ ਹਫ਼ਤੇ ਚ ਚੱਲਦਾ ਹੋ ਜਾਏਗਾ ਬਿਲਕੁਲ ਗਰੰਟੀ ਨਾਲ ਹਾਂਜੀ ਇਦੇ ਵਿੱਚ ਲੈਣਾ ਕੀ ਕੀ ਹੈ ਲਿਖੀ ਚੱਲਿਓ ਜੀ ਸੋਨਾ ਭਸਮ ਹੈ ਜਿਹੜੀ ਜਿਹਨੂੰ ਸਵਰਨ ਭਸਮ ਕਹਿੰਦੇ ਨੇ ਇਹ 4 ਗ੍ਰਾਮ ਲੈਣੀ ਹੈ ਹੀਰਾ ਭਸਮ ਹੀਰਕ ਭਸਮ ਕਹਿੰਦੇ ਨੇ ਜਿਹਨੂੰ ਹੀਰਾ ਭਸਮ ਇਹ ਵੀ 4 ਗ੍ਰਾਮ ਲੈਣੀ ਹੈ ਅ ਇਸੇ ਤਰ੍ਹਾਂ ਕਸਤੂਰੀ ਸ਼ੁੱਧ ਇਹ ਵੀ ਤੁਸੀਂ 2 ਤੋਲੇ ਲੈਣੀ ਹੈ ਬਲਕਿ 10 ਗ੍ਰਾਮ ਦਾ ਇੱਕ ਤੋਲਾ ਹੁੰਦਾ ਹੈ 20 ਗ੍ਰਾਮ ਦੇ 2 ਤੋਲੇ ਹੁੰਦੇ ਠੀਕ ਹੈ ਜੀ 10 ਗ੍ਰਾਮ ਦਾ ਇੱਕ ਤੋਲਾ 20 ਗ੍ਰਾਮ ਦੇ 2 ਤੋਲੇ ਬਲਕਿ ਕਸਤੂਰੀ ਸ਼ੁੱਧ ਪਿਓਰ ਇਹ 20 ਗ੍ਰਾਮ ਲੈਣੀ ਹੈ ਤੁਸੀਂ 2 ਤੋਲੇ ਇਸੇ ਤਰ੍ਹਾਂ ਕੇਸਰ ਹੈ ਜਿਹੜਾ ਸ਼ੁੱਧ ਪਹਿਲੇ ਤੋੜਦਾ ਇਹ ਵੀ ਤੁਸੀਂ 20 ਗ੍ਰਾਮ ਲੈਣ 2 ਤੋਲੇ ਲੈਣੇ ਅ ਇਸ ਤੋਂ ਬਾਅਦ ਹੈਗਾ ਮੋਤੀ ਭਸਮ ਸ਼ੁੱਧ ਸੋਚੇ ਮੋਤੀ ਇਹ ਵੀ ਤੁਸੀਂ 2 ਤੋਲੇ ਲੈਣੇ ਆ 20 ਗ੍ਰਾਮ ਅੱਗੇ ਹੈਗਾ ਜੀ ਰੇਗਮਾਹੀ ਰੇਗਮਾਹੀ ਹੈ ਜਿਹੜਾ ਇਹ ਵੀ ਪੰਸਾਰੀਆਂ ਤੋਂ ਤੁਹਾਨੂੰ ਮਿਲੇਗਾ ਇੱਕ ਕਾਲਾ ਜਾਂ ਛੋਟਾ ਜਿਹਾ ਟੁਕੜਾ ਹੁੰਦਾ ਹੈ ਇਹ ਵੀ ਇੱਕ ਜੜੀ ਬੂਟੀ ਹੈ ਇਹ ਤੁਸੀਂ ਲੈਣੀ ਹੈ 50 ਗ੍ਰਾਮ ਅੱਗੇ ਲੈਣਾ ਜੁੰਦ ਜਜੇ ਨੂੰ ਔਕੜ ਤੇ ਟਿੱਪੀ ਦੱਦਾ ਜੁੰਦ ਇਹ ਵੀ ਤੁਸੀਂ 50 ਗ੍ਰਾਮ ਲੈਣਾ ਤੇ ਅਬਰਕ ਭਸਮ ਹੈ ਜਿਹੜੀ ਇਹ ਲੈਣੀ ਹੈ ਤੁਸੀਂ 2 ਤੋਲੇ ਬਲਕਿ 20 ਗ੍ਰਾਮ ਅੱਗੇ ਜੀ ਚਾਂਦੀ ਭਸਮ ਹੈ ਜਿਹੜੀ ਉਹ ਲੈਣੀ ਹੈ ਤੁਸੀਂ 4 ਗ੍ਰਾਮ ਅੱਗੇ ਬਵੰਗ ਭਸਮ ਵੰਗ ਭਸਮ ਹੈ ਜਿਹੜੀ ਉਹ ਤੁਸੀਂ ਲੈਣੀ ਹੈ 2 ਤੋਲੇ 20 ਗ੍ਰਾਮ ਅੱਗੇ ਹੈਗੀ ਹੈ ਜਵੈਤਰੀ ਇਹ ਲੈਣੀ ਹੈ ਤੁਸੀਂ 50 ਗ੍ਰਾਮ ਅੱਗੇ ਹੈਗਾ ਜੀ ਅਕਰ ਕਰਾ ইরਾਨੀ ਤੇ ਇਹਦੀ ਪਹਿਚਾਣ ਹੈਗੀ ਇਹਨੂੰ ਤੋੜ ਕੇ ਥੋੜਾ ਜਿਹਾ ਜੀਭ ਤੇ ਲਾਓਗੇ ਤੇ ਕਰੰਟ ਜਿਹਾ ਵਾਂਗੂ ਝਟਕਾ ਵੱਜੇਗਾ ਇਹ ਪਹਿਚਾਣ ਕਰਨ ਦਾ ਤਰੀਕਾ ਹੈ ਦਾ ਅਕਰ ਕਰਾ ইরਾਨੀ ਹੈ ਜਿਹੜਾ ਉਹ 100 ਗ੍ਰਾਮ ਲੈਣਾ ਤੁਸੀਂ ਸਾਲਮ ਪੰਜਾ ਜਿਹੜਾ ਉਹ 50 ਗ੍ਰਾਮ ਲੈਣਾ ਇਸੇ ਤਰ੍ਹਾਂ ਸ਼ਤਾਵਰ ਹੈ ਜਿਹੜਾ ਉਹ 50 ਗ੍ਰਾਮ ਲੈਣਾ ਹੈ ਅੱਗੇ ਮੂਸਲੀ ਸਫੇਦ ਹੈ ਜਿਹੜੀ ਉਹ 50 ਗ੍ਰਾਮ ਲੈਣੀ ਹੈ ਅਸ਼ਵਗੰਧਾ ਜਿਹੜੀ ਉਹ 50 ਗ੍ਰਾਮ ਲੈਣੀ ਹੈ ਤੇ ਮੂੰਗਾ ਚੰਦਰ ਪਿਸ਼ਟੀ ਹੈ ਜਿਹੜੀ ਉਹ 20 ਗ੍ਰਾਮ ਲੈਣੀ ਹੈ 2 ਤੋਲੇ ਕੁਸਤਾ ਕਲੀ ਦਾ ਜਿਹੜਾ ਪਿਓਰ ਹੈ ਉਹ ਤੁਸੀਂ ਲੈਣਾ ਹੈ 20 ਗ੍ਰਾਮ 2 ਤੋਲੇ ਤੇ ਰਸੌਂਤ ਭਸਮ ਹੈ ਜਿਹੜੀ ਉਹ 10 ਗ੍ਰਾਮ ਲੈਣੀ ਹੈ ਮਾਹ ਪਿਸ਼ਟੀ ਹੈ ਜਿਹੜੀ 10 ਗ੍ਰਾਮ ਲੈਣੀ ਹੈ ਨਾਗ ਭਸਮ ਹੈ ਜਿਹੜੀ ਉਹ ਤੁਸੀਂ 20 ਗ੍ਰਾਮ ਲੈਣੀ ਹੈ 2 ਤੋਲੇ ਸਿਰੰਗ ਭਸਮ ਹੈ ਜਿਹੜੀ ਬਲਕੇ 12 ਸਿੰਗੇ ਦੀ ਭਸਮ ਇਹ ਵੀ 20 ਗ੍ਰਾਮ ਲੈਣੀ ਹੈ ਤੁਸੀਂ 2 ਤੋਲੇ ਅੱਗੇ ਜੀ ਬਸੰਤ ਕੁਸਮਾਰਕ ਰਸ ਇਹ 5 ਗ੍ਰਾਮ ਲੈਣਾ ਤੁਸੀਂ ਅੱਗੇ ਸਿੱਧ ਮਕਰ ਤਵਜ ਸਿੱਧ ਮਕਰ ਤਵਜ ਭਸਮ ਇਹ ਵੀ ਤੁਸੀਂ 5 ਗ੍ਰਾਮ ਲੈਣੀ ਹੈ ਅੱਗੇ ਹੈਗਾ ਕੌਂਚ ਬੀਜ ਚਿੱਟੇ ਸ਼ੁੱਧ ਕੀਤੇ ਹੋਏ ਇਹ ਤੁਸੀਂ 50 ਗ੍ਰਾਮ ਲੈਣੇ ਆ ਅੱਗੇ ਹੈਗੀ ਆ ਜੀ ਮੁਸਲੀ ਸਿੰਬਲ ਇਹ 50 ਗ੍ਰਾਮ ਲੈਣੀ ਹੈ ਲੋਹਾ ਭਸਮ 10 ਗ੍ਰਾਮ ਲੈਣੀ ਹੈ ਤਾਂਬਾ ਭਸਮ ਇਹ 5 ਗ੍ਰਾਮ ਲੈਣੀ ਹੈ ਤਿਰਬੰਗ ਭਸਮ ਹੈ ਜਿਹੜੀ ਉਹ 10 ਗ੍ਰਾਮ ਲੈਣੀ ਹੈ ਅੱਗੇ ਸ਼ੁੱਧ ਕੁਚਲਾ ਇਹ 10 ਗ੍ਰਾਮ ਲੈਣਾ ਆ ਸ਼ਿਵਾਇ ਗੁਰ ਸ਼ੁੱਧ ਕੁਚਲਾ ਜਿਹੜਾ ਉਹ 50 ਗ੍ਰਾਮ ਲੈਣਾ ਤੇ ਇਸੇ ਤਰ੍ਹਾਂ ਬੰਸ ਲੋਚਣ ਹੈ ਜਿਹੜਾ ਉਹ 50 ਗ੍ਰਾਮ ਲੈਣਾ ਲੌਂਗ 50 ਗ੍ਰਾਮ ਲੈਣੇ ਨੇ ਤੇ ਜੈਫਲ 50 ਗ੍ਰਾਮ ਲੈਣਾ ਤੇ ਵਿਧਾਰੀ ਗੰਧ ਹੈ ਜਿਹੜਾ ਉਹ 50 ਗ੍ਰਾਮ ਲੈਣਾ ਇਹ 40 ਚੀਜ਼ਾਂ ਬਣਦੀਆਂ ਨੇ ਟੋਟਲ ਇਹ ਸਾਰੀਆਂ ਲੈ ਕੇ ਚੰਗੀ ਤਰ੍ਹਾਂ ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਪੀਸ ਕੇ ਜਿਹੜੀਆਂ ਚੀਜ਼ਾਂ ਪੀਸਣ ਵਾਲੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਭਸਮਾ ਚੰਗੀ ਤਰ੍ਹਾਂ ਕੋਈ ਪੱਖਾ ਵਗੈਰਾ ਨਾ ਲੱਗਿਆ ਹੋਵੇ ਕਿਸੇ ਚੀਜ਼ ਦੇ ਵਿੱਚ ਖੁੱਲੇ ਬਰਤਨ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਓ ਇਹਦਾ ਤੁਸੀਂ ਅੱਧਾ ਚਮਚ ਲੈਣਾ ਬਲਕਿ 3 ਗ੍ਰਾਮ 3 ਜਾਂ 3.5 ਗ੍ਰਾਮ ਛੋਟਾ ਚਮਚ ਹੁੰਦਾ ਜਿਹੜਾ 5 ਕ ਗ੍ਰਾਮ ਦਾ ਚਮਚ ਹੁੰਦਾ ਜਿਹੜਾ ਜਾਂ 6 ਕ ਦਾ ਬਸ ਉਹਦਾ ਅੱਧਾ ਚਮਚ ਬਲਕਿ 3 ਗ੍ਰਾਮ ਰੋਜ਼ ਸਵੇਰੇ ਤੇ ਸ਼ਾਮ ਬਲਕਿ ਇੱਕ ਦਿਨ ਦੀ ਖਰਾਕ ਹੋ ਗਈ 6 ਗ੍ਰਾਮ 3 ਗ੍ਰਾਮ ਸਵੇਰੇ 3 ਗ੍ਰਾਮ ਸ਼ਾਮ ਨੂੰ 50 ਗ੍ਰਾਮ ਘਟੋ ਘਟ ਦੁੱਧ ਦੀ ਮਲਾਈ ਹੁੰਦੀ ਹੈ ਜਿਹੜੀ ਦੁੱਧ ਦੇ ਉੱਪਰ ਮਲਾਈ ਆ ਜਾਂਦੀ ਹੈ ਜਾਂ کریم ਕੱਚੇ ਦੁੱਧ ਤੇ کریم ਆਉਂਦੀ ਹੈ ਜਦੋਂ ਉਬਾਲ ਲੈਨੇ ਉਹਦੀ ਮਲਾਈ ਆਉਂਦੀ ਹੈ ਉਬਾਲੇ ਹੋਏ ਦੁੱਧ ਤੋਂ ਲਾ ਸਕਦੇ ਹੋ 50 ਗ੍ਰਾਮ ਜਾਂ ਕੱਚੇ ਦੁੱਧ ਤੋਂ کریم 50 ਗ੍ਰਾਮ ਕਿਸੇ ਕੌਲੀ ਚ ਪਾ ਕੇ ਉਹਦੇ ਵਿੱਚ ਇਹਨੂੰ ਅੱਧੇ ਚਮਚ ਨੂੰ ਮਿਲਾ ਕੇ 3 ਗ੍ਰਾਮ ਨੂੰ ਸਵੇਰੇ ਖਾਲੀ ਪੇਟ ਸ਼ਾਮ ਨੂੰ ਰੋਟੀ ਤੋਂ 2 ਘੰਟੇ ਪਹਿਲਾਂ ਫਿਰ ਖਾਲੀ ਪੇਟ ਇੱਕ ਗਲਾਸ ਗਰਮ ਦੁੱਧ ਦੇ ਨਾਲ ਇਹ ਫਾਰਮੂਲਾ ਤੁਸੀਂ ਲੈਣਾ ਜਿੱਦਣ ਤੋਂ ਲੈਣ ਲੱਗੋਗੇ ਜਿਹੜੇ ਜਮਾ ਡੈਟ ਨੇ ਇੱਕ ਹਫ਼ਤੇ ਦੇ ਵਿੱਚ ਗਰੰਟੀ ਛਟਾਮ ਤੇ ਲਿਖ ਕੇ ਦੇਣਾ ਦੁਬਾਰਾ ਇੱਕ ਹਫ਼ਤੇ ਵਿੱਚ ਦੁਬਾਰਾ ਜਵਾਨੀ ਆਉਂਦੀ ਆ ਜਾਏਗੀ ਬੁੱਢਿਆਂ ਦੇ ਵਿੱਚ ਜਿਹੜੇ ਜਮਾ ਖਤਮ ਹੋ ਗਿਆ ਉਹਨਾਂ ਨੂੰ ਦੁਬਾਰਾ ਜਵਾਨ ਕਰਨ ਵਾਲਾ ਇਹ ਨੁਕਤਾ ਹੈ ਇਹ 40 ਚੀਜ਼ਾਂ ਦੱਸਤੀ ਆ ਭਾਈ ਸ਼ੁੱਧ ਲੈਣੀਆਂ ਨੇ ਸਹੀ ਲੈਣੀਆਂ ਨੇ origignal ਲੈਣੀਆਂ ਨੇ ਤੁਹਾਡੀ ਜ਼ਿੰਮੇਵਾਰੀ ਹੈ ਬਰਤੋ ਰਿਜ਼ਲਟ ਮੇਰੀ ਗਰੰਟੀ ਹੈ ਛਟਾਮ ਤੇ ਲਿਖ ਕੇ ਦੇਨ ਨੂੰ ਤਿਆਰ ਹ ਜਿੱਥੇ ਮਰਜ਼ੀ ਕਾਰਵਾਈ ਕਰ ਲਿਓ ਜੇ ਠੀਕ ਨਾ ਹੋਏ ਨਮਰਦ ਨੂੰ ਇੱਕ ਹਫਤੇ ਚ ਮਰਦ ਬਣਾ ਦੇਗੀ ਇਹ ਦਵਾਈ ਇਹ ਸ਼ੈਨ ਸ਼ਾਹੀ ਸ਼ਾਹੇਸ਼ ਐਨ ਸ਼ਾਹੀ ਰਾਜਾ ਮਹਾਰਾਜਿਆਂ ਵਾਲਾ ਨੁਕਤਾ ਤੁਹਾਡੀ ਝੋਲੀ ਚ ਅੱਜ ਪਾ ਦਿੱਤਾ ਹੈ ਮਹਾਪੁਰਸ਼ਾਂ ਵੱਲੋਂ ਦਿੱਤਾ ਹੋਇਆ ਬਸ ਇਨਕ ਹੈ ਪਰ ਕਈ ਵੈਦ ਤੁਹਾਨੂੰ ਮਿਲਣਗੇ ਜਿਹੜੇ ਦੱਸਣਗੇ ਨਹੀਂ ਜਾਂ ਦੱਸ ਦੇਣਗੇ ਮਾਤਰਾ ਨਹੀਂ ਦੱਸਦੇ ਖਾਣੀ ਕਿਵੇਂ ਨਹੀਂ ਦੱਸਦੇ ਪਰ ਆਪਣਾ ਹੀ ਕੰਮ ਨਹੀਂ ਹੈ ਤੁਹਾਨੂੰ ਦੱਸ ਦਿੱਤਾ ਹੈ ਬਣਾ ਕੇ ਵਰਤ ਸਕਦੇ ਹੋ ਬਾਕੀ ਜੇ ਕਿਸੇ ਨੇ ਨੁਕਤਾ ਤਿਆਰ ਕਰਵਾਣਾ ਹੋਵੇ ਤਾਂ ਮੈਨੂੰ ਮਿਲ ਸਕਦੇ ਹੋ ਹਰ ਐਤਵਾਰ ਨੂੰ ਪਿੰਡ ਡਸਕੇ ਚ ਸਾਸੀ ਬਣਿਆ ਬਣਾਇਆ ਵੀ ਨੁਕਤਾ ਦਿੰਨੇ ਆ ਬਣਵਾ ਵੀ ਸਕਦੇ ਹੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸਾਨੂੰ ਮਿਲ ਕੇ ਐਤਵਾਰ ਨੂੰ ਆਪਣੀ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਗਾਰੰਟੀ ਨਾਲ ਕਰਾ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਲੰਮੀ ਜਿਆਦੇ ਹੋ ਜਾਂਦੀ ਹੈ ਬਾਕੀ ਮੇਰੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਪਿੰਡ ਡਸਕੇ ਚ ਹਰ ਐਤਵਾਰ ਨੂੰ ਮੈਂ ਮਿਲਦਾ ਮੈਨੂੰ ਮਿਲ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ